ਸ੍ਰੀਕਾਲ ਸਰ। ਹਾਂਜੀ ਸ੍ਰੀਕਾਲ ਭਲਾਈਏ ਤੁਹਾਨੂੰ। ਮੈਂ ਤਾਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਕਿ ਜਿਹੜੀ ਆਲਰੇਡੀ ਇਹ ਫਿਲਮ 7 ਇੰਟਰਨੈਸ਼ਨਲ ਅਵਾਰਡ ਜਿੱਤ ਚੁੱਕੀ ਹੈ। ਹੁਣ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇੱਥੇ ਵਾਲਾ ਅਵਾਰਡ ਹੈ ਜਿਹੜਾ ਇੰਡੀਆ ਦਾ, ਉਹ ਅਵਾਰਡ ਵੀ ਗਰੇਵਾਲ ਉਹਨਾਂ ਦੀ ਝੋਲੀ ਪੈਣਾ ਚਾਹੀਦਾ। ਸਾਰੀ ਟੀਮ ਦੀ ਝੋਲੀ ਪੈਂਦਾ ਵੈਸੇ ਤਾਂ, ਲੇਕਿਨ ਕਿਉਂਕਿ ਇਹ ਕ੍ਰੈਡਿਟ ਹੀਰੋ ਨੂੰ ਜ਼ਿਆਦਾ ਜਾਊਗਾ, ਕਿਉਂਕਿ ਬਹੁਤ ਜੋ ਮਾਲਸ਼ਾਂ ਕੀਤੀਆਂ ਨਾ ਮੈਂ ਉਹਨੇ ਤੁਰਨ ਜੋਗਾ ਕੀਤਾ ਸੀ। ਪਹਿਲੇ ਦਿਨ ਤਾਂ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਸੀਗਾ ਕਿ ਦੇਖਣਾ, ਜੋ ਪਹਿਲੇ ਦਿਨ ਸੀਨ ਕੀਤਾ ਹੋਸਪਿਟਲ ਤੋਂ ਵਾਪਸ ਆਏ ਘਰ ਕਿ ਪੁੱਤਰ ਨੇ ਬਚਣਾ ਨਹੀਂ, ਹੁਣ ਉਹ ਜੋ ਸੀਨ ਸੀ ਮੈਨੂੰ ਕਹਿੰਦੇ ਰੋਣਾ ਪੈਣਾ ਪੁੱਤ ਤੇ ਗੱਲ ਲੱਗ ਕੇ, ਉਮੀਦ ਨਹੀਂ ਕੋਈ। ਉਹ ਮੈਂ ਕਿਹਾ ਜਦੋਂ ਉਹ ਕੱਪੜੇ ਉਤਾਰ ਕੇ ਮੇਰੇ ਸਾਹਮਣੇ ਆਏ, ਉਹ ਹੱਡੀਆਂ ਦਾ ਪਿੰਜਰ ਪੂਰਾ ਨਿਕਲਿਆ ਹੋਇਆ, ਜ਼ਰੂਰਤ ਹੀ ਨਹੀਂ ਪਈ, ਨਾ ਕੋਈ ਗਲਿਸਰੀਨ ਨਾ ਕੁਛ ਹੋਰ, ਉਹ ਧਾਂ ਨਿਕਲ ਗਈਆਂ। ਉਹ ਇੰਨੀ ਡੈਡੀਕੇਸ਼ਨ ਨਾਲ ਕੰਮ ਕੀਤਾ ਹੈ ਹਰਦੀਪ ਨੇ, ਉਹ ਅਵਾਰਡ ਬਣਦਾ ਹਰਦੀਪ ਦਾ। ਬਾਕੀ ਉਹਦੇ ਵਾਸਤੇ ਪ੍ਰੈਸ ਦੇ ਬਹੁਤ ਧੰਨਵਾਦੀ ਹੋਵਾਂਗੇ, ਸਾਡਾ ਕਿੰਨਾ ਸਾਥ ਦਿੰਦੀ ਹੈ। ਇਹੋ ਜਿਹੀਆਂ ਫਿਲਮਾਂ ਸਬੱਬੀ ਕਦੇ ਕਦੇ ਹੀ ਬਣਦੀਆਂ ਹੁੰਦੀਆਂ ਨੇ। ਪਹਿਲਾਂ ਇੱਕ ਫਿਲਮ ਬਣੀ ਸੀ ਸਪੋਰਟਸ 'ਤੇ ਹਰਜੀਤਾ, ਉਹ ਬੈਠਾ ਹਰਜੀਤਾ ਦਾ ਛੋਟਾ ਹਰਜੀਤਾ ਜਿਹੜਾ ਇਹ ਵੀ ਅਵਾਰਡ ਲੈ ਕੇ ਆਇਆ ਸੀਗਾ, ਅਤੇ ਹੁਣ ਇਹ ਬਣੀ ਫਿਲਮ। ਅਤੇ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਇਹਦੇ ਵਾਸਤੇ ਪ੍ਰੋਡਿਊਸਰ ਬਹੁਤ ਜੇਰੇ ਵਾਲਾ ਚਾਹੀਦਾ ਹੁੰਦਾ, ਜਿਹਨੇ ਆਪ ਹੀ ਪ੍ਰੋਡਿਊਸ ਕੀਤੀ ਹੈ। ਉਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹੋ ਜਿਹੀ ਫਿਲਮ 'ਤੇ ਪੈਸਾ ਲਾਉਣਾ ਔਰ ਖੁਦ ਆਪਣੇ ਆਪ ਨੂੰ ਇੰਨੇ ਸਾਲ ਦੇਣੇ, ਵੇਟ ਘਟਾਉਣਾ, ਕੋਈ ਇਹਦਾ ਹੈ ਨਹੀਂ ਕਿ 5-7-10 ਦਿਨਾਂ 'ਚ ਘੱਟ ਗਿਆ, ਉਹਦੇ ਬਾਅਦ ਕਿੰਨਾ ਟਾਈਮ ਦਿੱਤਾ, ਫਿਰ ਵੇਟ ਪੁਟਾਉਣ ਕਰਨ ਨੂੰ ਕਿੰਨਾ ਟਾਈਮ ਦਿੱਤਾ, ਇਹਦੀ ਜਿਹੜੀ ਤੁਹਾਡੇ ਦਿਮਾਗ 'ਚ ਹੈ ਕਿ ਮੈਂ ਸੋਹਣਾ ਸਿਨੇਮਾ ਬਣਾਉਣਾ, ਉਹਦੇ ਵਾਸਤੇ ਸਕ੍ਰਿਪਟ ਦੀ ਚੋਇਸ ਹੈ, ਬਹੁਤ ਗਜ਼ਬ ਦੀ ਹੈ, ਸਕ੍ਰਿਪਟ ਬਹੁਤ ਸੋਹਣੀ ਲਿਖੀ ਗਈ ਹੈ। ਕਿੱਥੇ ਸਾਡਾ ਬੰਦਾ ਰਾਈਟਰ, ਬਹੁਤ ਬਹੁਤ ਸੋਹਣੀ ਫਿਲਮ ਹੈਗੀ ਹੈ, ਸ਼ੁਕਰੀਆ। ਅਤੇ ਉਸ ਤੋਂ ਬਾਅਦ ਜਿਹੜਾ ਕੰਮ ਹੁੰਦਾ ਸਕ੍ਰਿਪਟ ਤੋਂ ਬਾਅਦ, ਆਰਟਿਸਟ ਦੀ ਸਿਲੈਕਸ਼ਨ, ਉਹਨਾਂ ਦੀ ਤਿਆਰੀ, ਉਹਦੇ ਵਾਸਤੇ ਸਭ ਤੋਂ ਵੱਡੀ ਤਿਆਰੀ ਹਰਦੀਪ ਗਰੇਵਾਲ ਦੀ ਸੀ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਬਾਕੀ ਜਿਹੜੇ ਟੈਕਨੀਕਲ ਜੋਬ ਹੁੰਦੀ ਹੈ ਉਹ ਬਹੁਤ ਸੋਹਣੀ ਹੋਈ ਹੈ, ਫਿਲਮ ਦੇ ਜਿਹੜਾ ਵਿਜ਼ੂਅਲ ਸਾਹਮਣੇ ਆਇਆ ਦੇਖਣ ਤੋਂ, ਉਹ ਬੜਾ ਬੜਾ ਵੱਡਾ ਪੰਜਾਬੀ ਸਿਨੇਮੇ 'ਚ ਇਸ ਚੀਜ਼ ਦੀ ਜਿਹੜੀ ਘਾਟ ਸਾਨੂੰ ਲੱਗਦੀ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਦੇਸੀ ਜਿਹੀਆਂ ਫਿਲਮਾਂ ਬਣਦੀਆਂ ਨੇ, ਉਹ ਜਿਹੜੀ ਲੁੱਕ ਹੈ ਉਹ ਛਾਪ ਛੱਡ ਕੇ ਗਈ ਹੈ। ਮੈਂ ਆਪਦੀ ਗੱਲ ਕਰਦਾ ਤਾਂ ਇਸ ਵਾਸਤੇ ਇਹ ਸਾਰੀ ਟੀਮ, ਪ੍ਰੋਡਿਊਸਰ, ਡਾਇਰੈਕਟਰ, ਰਾਈਟਰ, ਸਾਰੇ ਗਰੇਵਾਲ ਜੀ, ਇਹ ਸਾਰੇ ਵਧਾਈ ਦੇ ਪਾਤਰ ਨੇ, ਇਹਨਾਂ ਵਿੱਚ ਅਸੀਂ ਵੀ ਸ਼ਾਮਿਲ ਹਾਂ। ਅਤੇ ਦੇਖਦੇ ਹਾਂ ਹੁਣ ਅੱਗੇ ਪਰਮਾਤਮਾ ਕੀ ਕਰਦਾ, ਔਰ ਸਾਡੀ ਆਡੀਅੰਸ ਜਿਹੜੀ ਹਰ ਵੇਲੇ ਕਹਿੰਦੀ ਰਹਿੰਦੀ ਹੈ ਵਧੀਆ ਫਿਲਮਾਂ ਨਹੀਂ ਬਣਦੀਆਂ ਨਹੀਂ ਬਣਦੀਆਂ, ਉਹਨਾਂ ਦੇ ਸਾਹਮਣੇ ਇਹ ਫਿਲਮ ਬਣਾ ਕੇ ਇਹੋ ਜਿਹੀ ਪੇਸ਼ ਕਰਨੀ, ਹੁਣ ਆਡੀਅੰਸ ਦਾ ਵੀ ਇਮਤਿਹਾਨ ਹੈ, ਤੁਹਾਡੇ ਸਾਥ ਦੀ ਲੋੜ ਹੈ, ਤੁਹਾਡਾ ਵੀ ਇਮਤਿਹਾਨ ਹੈ, ਕਿਉਂਕਿ ਪ੍ਰੈਸ ਵੀ ਅਕਸਰ ਉਂਗਲ ਰੱਖਦੀ ਹੁੰਦੀ ਹੈ ਕਿ ਬਸ ਸਿਨੇਮਾ ਇੱਥੇ ਰੁਕ ਗਿਆ, ਆਹੀ ਹਾਸੇ ਠੱਠੇ, ਆਹੀ ਮਜ਼ਾਹੀਆ ਫਿਲਮਾਂ, ਆਹੀ ਕੌਮੇਡੀ, ਬਸ ਇਸ ਤੋਂ ਉੱਪਰ ਕੁਛ ਨਹੀਂ ਕਰਦਾ ਪੰਜਾਬ, ਉਹਦਾ ਜਵਾਬ ਹੈ ਫਿਲਮ। ਸੋ ਮੈਂ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ, ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਮੀਡੀਆ, ਕਿ ਤੁਸੀਂ ਜਿਸ ਗਿਣਤੀ 'ਚ ਇੱਥੇ ਹਾਜ਼ਰ ਹੋਏ ਹੋ ਇੰਨੇ ਸ਼ੋਰਟ ਨੋਟਿਸ 'ਤੇ, ਉਹਦੇ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਅੱਗੇ ਹੁਣ ਮੈਂ ਚਾਹੂੰਗਾ ਕਿ ਹਰਦੀਪ ਹੁਣੇ ਖੁਦ ਆਪਣੇ
हाँ जी, सत श्री अकाल जी सारयां नूं, जिन्ना मीडिया जिथे सत्कारयोग साडा पहुंचिया, मेरे वल्लों हरदीप गरेवाल वल्लों ते मेरी सारी टीम वल्लों, तुणका तुणका दी सारी टीम वल्लों तुहाडा स्वागत है जी, ते तुहाडा बहुत बहुत थैंक्स। क्योंकि जे असी कोई उपराला करते हाँ तां उहदा जिहड़ा मीडियम आ लोकां तक पहुँचाउण दा, उह तुहाडा बहुत वड्डा रोल आ। सो तुहाडा बहुत बहुत थैंक्स करदे हां, शुक्रिया। भाजी, इह जिहड़ी तुसीं लुक्स बणाई सी, इह तुसीं विच किद्दां इहनूं सैटल कीता, उह थोड़ा जानना चाहुंदे आ। एक्चुअली जिहड़े करैक्टर दी रिक्वायरमेंट सीगी जी, उहदे लई एक मरन कंडे जिहड़ा बंदा हुंदा उदां दी लुक दी रिक्वायरमेंट सी। हुण जिवें तुसीं देखिआ ही आ कि कैंसर हो जांदा, जदों कैंसर हुंदा ना, कैंसर दा ट्रीटमेंट हुंदा, कीमोथैरेपीज हुंदियां ने, तां वाल झड़दे आ आपणे सिर दे जां बॉडी दे वाल सारे झड़दे आ। वाल झड़ना ते वेट घटना, इह दो चीज़ां हुंदियां ने। 2017 जनवरी दे विच इह कंसैप्ट बणिआ सीगा जी मूवी दा। जनवरी तो लैके 2017 जुलाई दे विच असीं इहदा पहला स्कैड्यूल शूट कीता सी, जिहड़ा तुसीं जिन्नी भी लुक ट्रेलर दे विच देखी आ, कमजोर लुक देखी आ, हाँ जी, वह असी 2017 जुलाई दे विच शूट कीता सी। पहलां कीता, फिर तुसीं अपने जिहड़े, हाँ जी, पहलां वेट घटाउंदे गए 2017 दे विच जुलाई दे विच शूट कीता, फिर उस तो बाद हौली हौली वेट गेन कीता, वाल भी थोड़े थोड़े आउण लग गए, क्योंकि परवट्टे वगैरह सारे वाल चके गए सी, हौली हौली शूट करते गए। 2019 दे विच शूट कंप्लीट करके असी 2020 दे विच इहदी पोस्ट प्रोडक्शन कंप्लीट करती सी, ते लॉकडाउन होण करके असी नहीं सी सिनेमा च आ सके, पर क्योंकि साडी फिल्म कंप्लीट सी, सो 2020 दे विच असी अवार्ड्स दे विच भेजी, फेस्टिवल्स दे विच भेजी कंप्लीट करके। सो उहदा नतीजा जिहड़े 7 अवार्ड सानूं मिले। सर, इह पूरा दा पूरा कॉन्सेप्ट तुहाडे माइंड विच सी जां उहनां ने राइटर ने सुनाया तुहानूं? नहीं, जिहड़ी स्टोरी जिहनूं आपां कहिंदे आ, तुसीं क्रेडिट भी देखे आ, पोस्टर्स ते भी देखदे हो, जे डेविन, इह वन लाइन जिहनूं आपां कहिंदे आ कि इक कहानी, उहनां दी लिखी हुई सी, उहनां दी उपज सी, ते उस तो बाद स्क्रीन प्ले ते डायलॉग्स वो मेरे खुद के लिखे हुए थे, क्योंकि खैर मैं तो यह मानता भी परमात्मा करवाउंदा जे कोई काम करवाउंदा। सर, जिद्दां दा तुसीं सोचिया सी कि आउटपुट इदां दा निकले, की उदां दा तुहानूं मिलिया, तुसीं सैटिस्फाई हो? मेरे हिसाब नाल असीं जिन्ना सोचिया सी उस तो वध निकलिया, ते उस चीज़ ते जिहड़ी मोहर लाई आ वो इंटरनेशनल अवार्ड्स ने लाई आ, जिहड़ी पक्की मोहर लगनी आ उस तो बाद वो जिहड़ी साडी ऑडियंस साडे सिनेमे ने लाउणी आ। सर, तुहाडा टीजर दे विच इक डायलॉग भी है, सर मैं दो लाइनां बोलूंगा, तुसीं अगे कंटिन्यू करो। अजे भारी चक्कड़ चुल रहे, अज दूर बड़ी सवेर आए, मैं नाल हौसले तोड़ देना, जो औकड़ा पाया घेरा है, मथे दिया मुकद्दरा मूहरे आ जा, दो दो हथ करिए, मैं किस्मत दे नाल लड़ने दे लई तकड़ा कर लिया जेरा है। सर, हिंदी फिल्म दे विच आई सी जो जीता पई सी कंदर ऑन साइकलिंग, ਤੁਸੀਂ ਸ਼ਾਇਦ ਦੇਖੇ ਹੋਏ? ਹਾਂਜੀ, ਬਿਲਕੁਲ ਬਿਲਕੁਲ। ਇਹ ਥੋੜ੍ਹਾ ਬਹੁਤ ਕੰਪੀਟੀਸ਼ਨਸ ਵਾਈਜ਼ ਉਦਾਂ ਦਾ ਹੈ ਕੁਛ ਇਹਦੇ 'ਚ ਦਿਖਾਇਆ ਜਾਂ ਕੁਝ? ਹਾਂਜੀ, ਸਾਈਕਲਿੰਗ 'ਤੇ ਫਿਲਮਾਂ ਬਣੀਆਂ ਬਹੁਤ ਘੱਟ ਨੇ, ਤੁਸੀਂ ਸਹੀ ਕਿਹਾ ਵੀ ਜੋ ਜੀਤਾ ਵਹੀ ਸਿਕੰਦਰ ਬਹੁਤ ਸਾਲ ਪਹਿਲਾਂ ਆਮਿਰ ਖਾਨ ਹੋਣਾ ਦੀ ਮੂਵੀ ਆਈ ਸੀ, ਬਹੁਤ ਸੋਹਣੀ ਮੂਵੀ ਸੀ। ਉਸ ਤੋਂ ਬਾਅਦ ਜਿਵੇਂ ਸਾਡੇ ਲਈ ਇੱਕ ਚੈਲੇਂਜ ਸੀਗਾ ਕਿ ਦੋ ਚੀਜ਼ਾਂ ਕਲੀਅਰ ਸੀ ਕਿ ਬਿਮਾਰੀ ਹੋਊਗੀ, ਇੱਕ ਐਥਲੀਟ ਹੋਊਗਾ, ਸਪੋਰਟਸਮੈਨ ਹੋਊਗਾ, ਉਹ ਬਿਮਾਰੀ ਕਿਹੜੀ ਹੋਊਗੀ, ਉਹ ਅਸੀਂ ਚੂਜ਼ ਕੀਤੀ ਕਿ ਕੈਂਸਰ। ਸੈਕਿੰਡ ਸਾਡੇ ਮੂਹਰੇ ਜਿਹੜਾ ਚੈਲੇਂਜ ਸੀ ਕਿ ਉਹ ਸਪੋਰਟਸ ਜਾਂ ਉਹ ਗੇਮ ਕਿਹੜੀ ਹੋਊਗੀ। ਬੜੀਆਂ ਚੀਜ਼ਾਂ ਅਸੀਂ ਦੇਖੀਆਂ, ਜਿਵੇਂ ਸੋਚਿਆ ਕਿ ਬੋਕਸਿੰਗ ਕਰ ਲਈਏ ਜਾਂ ਕੋਈ ਹੋਰ ਗੇਮ ਕਰ ਲਈਏ, ਪਰ ਕਈ ਫਿਲਮਾਂ ਬਣ ਚੁੱਕੀਆਂ ਸੀ ਬੋਕਸਿੰਗ 'ਤੇ ਬਣ ਚੁੱਕੀਆਂ, ਸਾਨੂੰ ਇੱਦਾਂ ਸੀ ਕਿ ਅਲੱਗ ਹੋਵੇ ਥੋੜ੍ਹਾ ਜਿਹਾ, ਅਤੇ ਉਹ ਗਰੁੱਪ ਇਵੈਂਟ ਨਹੀਂ ਸੀ ਹੋ ਸਕਦਾ, ਫੁੱਟਬਾਲ ਨਹੀਂ ਸੀ ਹੋ ਸਕਦੀ, ਬਾਸਕਿਟਬਾਲ ਨਹੀਂ ਸੀ ਹੋ ਸਕਦੀ, ਕਿਉਂਕਿ ਇੱਕ ਬੰਦੇ ਦੀ ਕਹਾਣੀ ਆ, ਉਹ ਇੱਕ ਇੰਡੀਵਿਜੁਅਲ ਇਵੈਂਟ ਹੋਣਾ ਚਾਹੀਦਾ ਸੀ। ਜੇ ਅਸੀਂ ਉਹ ਐਥਲੈਟਿਕਸ 'ਤੇ ਕਰਦੇ ਤਾਂ ਉਹ ਭਾਗ ਮਿਲਖਾ ਭਾਗ ਨਾਲ ਸਾਡਾ ਕੰਪੈਰੀਜ਼ਨ ਹੋ ਜਾਣਾ ਸੀ। ਸੋ ਜਿਹੜੀ ਗੇਮ ਚੂਜ਼ ਕੀਤੀ ਅਸੀਂ ਸਾਈਕਲਿੰਗ, ਉਹ ਤਾਂ ਹੀ ਕੀਤੀ ਕਿਉਂਕਿ ਉਹ ਅਲੱਗ ਸੀ, ਪਰ ਉਹਦੇ ਨਾਲ ਸਾਨੂੰ ਚੈਲੇਂਜਸ ਜਿਹੜੇ ਸੀਗੇ ਉਹ ਨਵੇਂ ਖੜੇ ਹੋ ਗਏ। ਖੈਰ ਚਲੋ, ਉਹ ਸਾਰੇ ਅਸੀਂ ਫਿਰ ਕਾਊਂਟਰ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਏ ਜੀ। ਕਿਉਂਕਿ ਜਦੋਂ ਆਪਾਂ ਵੇਟ ਭਾਰ ਘਟਾਉਂਦੇ ਹਾਂ ਨਾ, ਆਪਾਂ ਨੂੰ ਲੱਗਦਾ ਕਿ ਚੱਕਰ ਆਉਣੇ ਆ, ਬੀਪੀ ਘੱਟ ਹੋਣਾ, ਸੋ ਐਦਾਂ ਦੀਆਂ ਪ੍ਰੋਬਲਮਸ ਆਈਆਂ ਕਿ ਨਹੀਂ? ਪ੍ਰੋਬਲਮਸ ਹਰ ਤਰ੍ਹਾਂ ਦੀਆਂ ਆਈਆਂ ਜੀ, ਤੁਸੀਂ ਫਿਜ਼ੀਕਲ ਪ੍ਰੋਬਲਮ, ਮੈਂਟਲ ਪ੍ਰੋਬਲਮ, ਫਾਈਨੈਂਸ਼ੀਅਲ ਪ੍ਰੋਬਲਮ, ਕਿਉਂਕਿ ਪ੍ਰੋਡਿਊਸ ਵੀ ਕਰ ਰਹੇ ਸੀ। ਜਦੋਂ ਆਪਾਂ ਵੇਟ ਘਟਾਉਂਦੇ ਹਾਂ, ਤੁਹਾਡਾ ਵੇਟ ਆਟੋਮੈਟਿਕਲੀ ਇੱਕ ਲੈਵਲ ਤੱਕ ਜਾਂਦਾ, ਘਟਦਾ। ਜਦੋਂ ਤੁਸੀਂ ਡਾਈਟ ਘੱਟ ਕਰਦੇ ਹੋ, ਤੁਸੀਂ ਫੈਟੀ ਪ੍ਰੋਡਕਟਸ ਆਪਣੇ ਬੰਦ ਕਰ ਦਿੰਦੇ ਹੋ,
ਘਟਾਉਂਦੇ ਜਾਂਦੇ ਹੋ, ਇੱਕ ਲਿਮਿਟ ਤੱਕ ਤੁਹਾਡੀ ਬਾਡੀ ਫੇਟ ਰਿਡਿਊਸ ਕਰਦੀ ਆ, ਦੈਨ ਆਫਟਰ ਦੈਟ ਤੁਹਾਡੀ ਬਾਡੀ ਜਿਹੜੀ ਆ ਵਾਟਰ ਰਿਟੇਨ ਕਰਦੀ ਆ, ਉਹ ਨੂਣ ਜਦ ਤੱਕ ਤੁਸੀਂ ਬੰਦ ਨਹੀਂ ਕਰਦੇ ਤੁਹਾਡੀ ਫੈਟ ਘਟਣੀ। ਉਹ ਨੂਣ ਬੰਦ ਕਰਨਾ ਪਿਆ ਮੈਨੂੰ, ਉਹ ਲਾਸਟ 25 ਦਿਨ ਜਿਹੜੇ ਸੀਗੇ ਸ਼ੂਟ ਤੋਂ ਪਹਿਲਾਂ, 2017 ਜੁਲਾਈ 'ਚ ਜਿਹੜਾ ਸ਼ੂਟ ਹੋਇਆ ਉਸ ਤੋਂ ਪਹਿਲਾਂ ਜਿਹੜਾ 25 ਦਿਨ ਦਾ ਮੇਰਾ ਸਫ਼ਰ ਸੀ ਉਹ ਬਹੁਤ ਹੀ ਜ਼ਿਆਦਾ ਔਖਾ ਸੀਗਾ। ਹੁਣ ਮੈਂ ਕੀ ਕਹਾਂ, ਮੈਨੂੰ ਜਦ ਮੈਂ ਯਾਦ ਕਰਦਾ ਮੈਨੂੰ ਮੈਂ ਚਾਹੁੰਦਾ ਨਹੀਂ ਹੁੰਦਾ ਯਾਦ ਕਰਨਾ। ਇੱਕ ਸੈਕਿੰਡ ਮੇਰੇ ਲਈ ਇੱਕ ਘੰਟੇ ਦੇ ਬਰਾਬਰ ਹੋ ਗਿਆ ਸੀ ਉਦੋਂ। ਜਦੋਂ ਤੁਸੀਂ ਨੂਣ ਬੰਦ ਕਰਦੇ ਹੋ ਤੁਹਾਡਾ BP ਘਟਦਾ, BP ਮੇਰਾ ਤਕਰੀਬਨ ਸਾਰਾ ਦਿਨ ਹੀ ਲੋਅ ਰਹਿੰਦਾ ਹੁੰਦਾ ਸੀ। ਜੇ ਮੈਂ ਨੀਵੀਂ ਜਗ੍ਹਾ ਤੋਂ ਉੱਠਦਾ ਸੀ ਤਾਂ ਚੱਕਰ ਆਉਣਾ ਹੀ ਆਉਣਾ ਹੁੰਦਾ ਸੀ, ਇਹ ਫੋਰ ਸ਼ਿਓਰ ਸੀ। ਦੂਸਰੀ ਚੀਜ਼ ਮੇਰੇ ਨਾਲ ਹੁੰਦੀ ਸੀ, ਖਿੱਚਦਾ ਬਹੁਤ ਸੀ ਮੈਂ, ਗੁੱਸਾ ਬਹੁਤ ਹੁੰਦਾ ਸੀ। ਗੁੱਸਾ ਤਾਂ ਚਲੋ ਜੇ ਆਪਾਂ 4 ਘੰਟੇ ਕਿਸੇ ਨੂੰ ਭੁੱਖਾ ਰੱਖ ਲਈਏ ਵੈਸੇ ਬੰਦਾ ਖਿੱਚਣ ਲੱਗ ਜਾਂਦਾ, ਅਤੇ ਉਹ ਰੈਗੂਲਰਲੀ ਭੁੱਖੇ ਰਹਿਣਾ ਅਤੇ ਉਹ ਖਿੱਚਣ ਲੱਗ ਗਿਆ ਸੀ ਮੈਂ। ਉਹ ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਦਿਨ ਕਦੋਂ ਖਤਮ ਹੋਣਗੇ, ਸ਼ੂਟ ਕਦੋਂ ਹੋਊਗਾ, ਅਤੇ ਮੈਂ ਉਹ ਪਹਿਲੀ ਬੁਰਕੀ ਖਾਊਂਗਾ। ਬੁਰਕੀ ਇਨ ਦਾ ਸੈਂਸ ਜਦੋਂ ਆਪਾਂ ਦਾਲ ਸਬਜ਼ੀ ਨਾਲ ਬੁਰਕੀ ਖਾਂਦੇ ਹਾਂ, ਫਿਰ ਉਹ ਲੀਵਰ, ਜੇ ਤੁਸੀਂ ਇੰਨਾ ਟਾਈਮ ਭੁੱਖੇ ਰਹਿੰਦੇ ਨਾ ਲੀਵਰ ਤੁਹਾਡਾ ਛੋਟਾ ਹੋ ਜਾਂਦਾ, ਮੈਡੀਕਲੀ ਉਹ ਸੁੰਗੜ ਜਾਂਦਾ ਬੇਸਿਕਲੀ। ਲਾਸਟ ਡੇ ਸ਼ੂਟ ਤੋਂ ਬਾਅਦ ਜਦੋਂ ਮੈਂ ਖਾਣਾ ਵੀ ਸ਼ੁਰੂ ਕੀਤਾ, ਈਵਨ ਲਾਸਟ ਡੇ ਜਿੱਦਣ ਸ਼ੂਟ ਸੀ ਰਾਤ ਨੂੰ ਮੈਂ ਇੱਕ ਜਿਹੜੀ ਪਹਿਲੀ ਬੁਰਕੀ ਖਾਧੀ ਆ ਨਾ, ਉੱਦਣ ਮੈਨੂੰ ਰੋਟੀ ਦੀ ਵੈਲਿਊ ਪਤਾ ਲੱਗੀ। ਮੈਨੂੰ ਇਹ ਸਮਝ ਆਇਆ ਕਿ ਜਿਹੜੇ ਗਰੀਬ ਲੋਕ ਜਿਨ੍ਹਾਂ ਨੂੰ ਰੋਟੀ ਨਹੀਂ ਨਾ ਮਿਲਦੀ ਉਹ ਜਿਹੜੀ ਭੁੱਖ ਹੁੰਦੀ ਆ। ਮੈਂ ਆਪਣੀ ਨਹੀਂ ਗੱਲ ਕਰਦਾ, ਆਪਾਂ ਸਾਰੇ ਹਾਂ ਘਰੇ ਬੜਾ ਨੱਕ ਬੁੱਲ ਮਾਰਦੇ ਹਾਂ, ਮੈਂ ਆਹ ਦਾਲ ਨਹੀਂ ਖਾਣੀ, ਮੈਂ ਆਹ ਸਬਜ਼ੀ ਨਹੀਂ ਖਾਣੀ। ਉੱਦਣ ਤੋਂ ਬਾਅਦ ਚਾਹੇ ਉਹ ਠੰਡੀ ਸਬਜ਼ੀ ਹੋਵੇ ਚਾਹੇ ਉਹ ਠੰਡੀ ਰੋਟੀ ਹੋਵੇ, ਮੈਂ ਸਮਝ ਗਿਆ ਕਿ ਹਾਂ ਸਾਡੇ ਲਈ ਜ਼ਿੰਦਗੀ 'ਚ ਅਸਲ ਜ਼ਰੂਰੀ ਰੋਟੀ ਹੁੰਦੀ ਆ। ਆਹ ਕੋਵਿਡ ਦੀ ਸਿਚੁਏਸ਼ਨ ਨੇ ਹੋਰ ਕਲੀਅਰ ਕੀਤੀ ਆ ਚੀਜ਼, ਆਪਾਂ ਭੱਜਦੇ ਹਾਂ ਹੋਰ ਚੀਜ਼ਾਂ ਦੇ ਮਗਰ ਭੱਜਦੇ ਹਾਂ, ਪਰ ਸੱਚੀ ਰੋਟੀ ਮੇਰੀ ਜ਼ਿੰਦਗੀ 'ਚ ਹੁਣ ਰੋਟੀ ਜਿਹੜੀ ਆ ਨਾ ਉਹ ਬਹੁਤ ਵੈਲਿਊਏਬਲ ਹੋ ਗਈ ਉਸ ਤੋਂ ਬਾਅਦ, ਉਹ ਐਕਸਪੀਰੀਅੰਸ ਤੋਂ ਬਾਅਦ। ਸਰ ਪੂਰੀ ਦੀ ਪੂਰੀ ਮੂਵੀ ਜਦੋਂ ਐਡਿਟ ਹੋ ਕੇ ਫਾਈਨਲ ਹੋ ਗਈ, ਤੁਸੀਂ ਪਹਿਲੀ ਵਾਰ ਦੇਖੀ ਤਾਂ ਤੁਹਾਡਾ ਕੀ ਰਿਐਕਸ਼ਨ ਸੀ? ਅਸਲ 'ਚ ਕੀ ਹੈ ਕਿ ਸਾਡੀ ਟੀਮ ਇੱਦਾਂ ਦੀ ਆ, ਜਿਵੇਂ ਜਿਹੜਾ ਗੈਰੀ ਖਟਰਾਓ ਸਾਡੇ ਡਾਇਰੈਕਟਰ ਨੇ ਉਹ ਐਡੀਟਰ ਵੀ ਆ, ਅਤੇ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਗਾਣਿਆਂ 'ਚ, ਅਸੀਂ ਇਕੱਠੇ ਕੰਮ ਕੀਤਾ। ਐਡਿਟ ਹੋਈ ਆ, ਮੈਂ ਅਸੀਂ ਇਕੱਠੇ ਬੈਠੇ ਹੁੰਦੇ ਸੀ ਜਦੋਂ ਐਡਿਟ ਵੀ ਹੁੰਦੀ ਸੀ। ਈਵਨ ਕਿ ਤੁਸੀਂ ਮੰਨੋਗੇ ਨਹੀਂ, TCR ਸ਼ੀਟ ਹੁੰਦੀ ਹੈ ਕਿ ਜਿਹਦੇ 'ਚ ਆਪਾਂ ਸ਼ਾਰਟ ਲਿਖਦੇ ਹਾਂ ਕਿ ਇਹ ਗੁੱਡ ਆ ਜਾਂ ਨੋਟ ਗੁੱਡ, ਜਦੋਂ ਉਹ ਐਡੀਟਰ ਨੂੰ ਭੇਜਣੀ ਹੁੰਦੀ ਆ ਆਪਾਂ, ਸੋ ਦੈਟ ਉਹ ਐਡਿਟ ਕਰ ਸਕੇ। ਗੈਰੀ ਦੇ ਕੇਸ 'ਚ ਸਾਨੂੰ TCR ਸ਼ੀਟ ਦੀ ਲੋੜ ਨਹੀਂ ਪਈ ਕਿਉਂਕਿ ਖੁਦ ਡਾਇਰੈਕਟ ਕੀਤੀ ਸੀਗੀ, ਹਰ ਸ਼ਾਰਟ ਦਾ ਪਤਾ ਸੀ ਕਿ ਕਿੱਦਾਂ ਲੱਗਣਾ ਕਿੱਥੇ ਲੱਗਣਾ, ਸੋ ਐਡਿਟ ਕਰਦੇ ਗਏ ਦੇਖਦੇ ਗਏ। ਪਰ ਹਾਂ, ਸਾਡੀ ਮੈਂ ਪੋਸਟ ਪ੍ਰੋਡਕਸ਼ਨ ਦੀ ਟੀਮ ਦਾ ਬਹੁਤ ਧੰਨਵਾਦੀ ਹਾਂ, ਮੈਂ ਮੈਂਸ਼ਨ ਕਰਨਾ ਚਾਹੂੰਗਾ ਬੰਬੇ ਦੀ ਸਾਰੀ ਟੀਮ ਸੀ ਵੈਸੇ, ਸਪੈਸ਼ਲੀ BGM ਬੈਕਗਰਾਊਂਡ ਮਿਊਜ਼ਿਕ ਜਿਹੜਾ ਤੁਸੀਂ ਟ੍ਰੇਲਰ 'ਚ ਵੀ ਸੁਣਿਆ ਜਾਂ ਫਿਲਮ ਦੇ ਵਿੱਚ ਵੀ ਸੁਣੋਗੇ, ਸਨੀ ਇੰਦਰ ਬੰਬੇ ਤੋਂ ਨੇ, ਬਾ ਕਮਾਲ ਕੰਮ ਕੀਤਾ ਉਹਨਾਂ ਨੇ। ਕਿਤੇ ਨਾ ਕਿਤੇ ਸਾਨੂੰ ਠੋਕਰ ਸੌਂਗ ਦਾ ਉਹਦੇ 'ਚ ਫੀਲ ਆਇਆ ਬਹੁਤ, ਜੋ ਵਧੀਆ ਲੱਗਿਆ। ਦੇਖੋ ਠੋਕਰ ਦਾ ਫੀਲ ਮੇਰੇ ਅੰਦਰ ਹੈ ਜੀ, ਉਹ ਮੇਰੇ ਤੋਂ ਬਾਹਰ ਕਦੇ ਜਾ ਹੀ ਨਹੀਂ ਸਕਦਾ, ਮੈਂ ਅੱਗੇ ਵੀ ਜੇ ਕੋਈ ਕੰਮ ਕਰੂੰਗਾ ਤਾਂ ਉਹਦਾ ਫੀਲ ਤੁਹਾਨੂੰ ਦਿਖੂਗਾ ਜ਼ਰੂਰ। ਸਰ 2017 ਵਿੱਚ ਇਹ ਸਟਾਰਟ ਕਰੀ ਸੀ ਤੁਸੀਂ, ਤੇ ਫਾਈਨਲ ਕਿੰਨਾ ਟਾਈਮ ਲੱਗਿਆ ਤੁਹਾਨੂੰ? 2017 ਦੇ ਵਿੱਚ ਜਦੋਂ ਪਹਿਲਾ ਸ਼ੂਟ ਅਸੀਂ ਕੀਤਾ, ਸਕੈਜੂਲ ਲਾਇਆ, 8 ਦਿਨ ਦਾ ਸਕੈਜੂਲ ਸੀਗਾ ਉਹ ਜੁਲਾਈ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਸ਼ੂਟ ਕੰਪਲੀਟ ਹੋਇਆ ਉਹ 2019 ਦੇ ਵਿੱਚ ਸ਼ੂਟ ਕੰਪਲੀਟ ਕੀਤਾ, ਕਿਉਂਕਿ ਇਹਦੇ 'ਚ ਤੁਸੀਂ ਸ਼ਾਇਦ ਟ੍ਰੇਲਰ 'ਚ ਵੀ ਨੋਟ ਕੀਤਾ ਹੋਊ, ਵਾਲ ਛੋਟੇ ਛੋਟੇ ਜਿਹੇ ਹੈਗੇ ਆ ਮੇਰੇ, ਉਹ ਕੀ ਸੀ ਮਹੀਨੇ ਬਾਅਦ ਅਸੀਂ ਫਿਰ ਸ਼ੂਟ ਕੀਤਾ ਜਦੋਂ ਛੋਟੇ ਛੋਟੇ ਵਾਲ ਆ ਗਏ, ਥੋੜ੍ਹਾ ਜਿਹਾ ਵੇਟ ਗੇਨ ਕਰ ਲਿਆ, ਦੈਨ ਉਸ ਤੋਂ ਬਾਅਦ ਵਾਲ ਹੋਰ ਵੱਡੇ ਹੋ ਗਏ, ਫਿਰ ਥੋੜ੍ਹਾ ਜਿਹਾ ਹੋਰ ਸ਼ੂਟ ਕਰ ਲਿਆ। ਜਿਹੜਾ ਲਾਸਟ ਮੇਰੀ ਲੁੱਕ ਆ ਉਹਦੇ 'ਚ ਵਾਲ ਮੇਰੇ ਖਾਸੇ ਲੰਬੇ ਆ, ਦਾੜੀ ਬਹੁਤ ਭਰਵੀਂ ਆ ਨਾ, ਉਹ ਵੇਟ ਕੀਤਾ 2019 'ਚ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ। ਬਾਕੀ ਸਾਨੂੰ ਪ੍ਰੋਬਲਮਸ ਹੋਰ ਬਹੁਤ ਤਰ੍ਹਾਂ ਦੀਆਂ ਆਈਆਂ ਕਿਉਂਕਿ ਪ੍ਰੋਡਿਊਸਰ ਸੀ ਮੈਂ, ਅਤੇ ਪੈਸੇ ਲੱਗ ਰਹੇ ਸੀ, ਅਤੇ ਪੈਸੇ ਹੁਣ ਕਿਤੇ ਆਪਣੇ ਪਏ ਨਹੀਂ ਸੀਗੇ ਆਪਣੇ ਕੋਲ ਵੀ ਜਿਹੜੇ ਚੱਕੇ 'ਤੇ ਲਾ ਲਏ, ਨਾ ਆਪਾਂ ਕੋਈ ਹੋਰ ਬੰਦਾ ਕੋਈ ਇਨਵੋਲਵ ਕੀਤਾ। ਉਹਦਾ ਰੀਜ਼ਨ ਵੀ ਇਹੀ ਸੀ ਕਿ ਮੈਂ ਚਾਹੁੰਦਾ ਸੀ ਕਿ ਪਿਓਰਿਟੀ ਰਹੇ ਇਸ ਪ੍ਰੋਡਕਟ 'ਚ, ਇਸ ਪ੍ਰੋਡਕਟ 'ਚ ਵੀ ਕੋਈ ਸੋ ਕਾਲਡ ਮਸਾਲਾ ਪਾਉਣ ਦੀ ਅਸੀਂ ਕੋਈ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉਹ ਡਿਮਾਂਡ ਹੋ ਜਾਂਦੀ ਹੈ ਕਈ ਵਾਰੀ ਸਾਡੀ ਇੰਡਸਟਰੀ 'ਚ, ਪ੍ਰੋਡਿਊਸਰਸ ਦੀ ਜਾਂ ਪ੍ਰੋਡਕਸ਼ਨ ਹਾਊਸਿਸ ਦੀ ਡਿਮਾਂਡ ਹੋ ਜਾਂਦੀ ਆ। ਹਾਲਾਂਕਿ ਮੈਂ ਪਰਸਨਲੀ ਮੰਨਦਾ ਮਿੱਥ ਆ ਉਹ ਬਹੁਤ ਵੱਡਾ, ਸਿਨੇਮਾ ਸਿਨੇਮਾ ਹੀ ਹੁੰਦਾ, ਸਿਨੇਮਾ ਇਜ਼ ਫੋਰ ਐਂਟਰਟੇਨਿੰਗ ਪੀਪਲ, ਠੀਕ ਹੈ ਨਾ। ਜੇ ਉਹ ਸਿਖਾ ਸਕੇ, ਜੇ ਉਹ ਕੁਛ ਦੱਸ ਸਕੇ ਤਾਂ ਉਹਦੇ ਵਰਗੀ ਰੀਸ ਹੀ ਕੋਈ ਨਹੀਂ। ਉਹ ਬਾਲੀਵੁੱਡ ਦੀਆਂ ਜਿਹੜੀਆਂ ਹੁਣ ਵਧੀਆ ਮੂਵੀਜ਼ ਬਣਦੀਆਂ ਨੇ ਆਪਾਂ ਉਹਨੂੰ ਦੇਖਦੇ ਹਾਂ, ਉਹ ਪੈਸਾ ਵੀ ਕਮਾਉਂਦੀਆਂ ਨੇ, ਉਹ ਚੰਗਾ ਮੈਸੇਜ ਵੀ ਦਿੰਦੀਆਂ ਨੇ, ਕਿਉਂ ਨਹੀਂ ਹੋ ਸਕਦਾ, ਦੋਨੇ ਕੰਮ ਇਕੱਠੇ ਹੋ ਸਕਦੇ, ਬਿਲਕੁਲ ਹੋ ਸਕਦੇ, ਉਹੀ ਸਾਡੀ ਕੋਸ਼ਿਸ਼ ਸੀ। ਸਰ ਗਾਣੇ ਕਿੰਨੇ ਇਹਦੇ 'ਚ? ਗਾਣੇ ਜੀ ਇਹਦੇ 'ਚ 6 ਗਾਣੇ ਨੇ। ਅੱਛਾ। ਤੇ ਹੁਣ ਉਹੀ ਗੱਲ ਆ ਵੀ ਜੇ ਕਈ ਵਾਰੀ ਕੋਈ ਇੱਦਾਂ ਦੀ ਫਿਲਮ ਬਾਰੇ ਸੋਚਦਾ ਵੀ ਹੋ ਸਕਦਾ ਗਾਣਾ ਇੱਕ ਅੱਧਾ ਹੀ ਹੋਵੇ ਜਾਂ 2-3 ਹੀ ਹੋਣ, ਪਰ ਇੱਕ ਵੀ ਗਾਣਾ ਉਹਦੇ 'ਚ ਅਸੀਂ ਬਿਨਾਂ ਗੱਲ ਤੋਂ ਨਹੀਂ ਪਾਇਆ ਹੋਇਆ।
ਸਾਰੇ ਸਿਚੁਏਸ਼ਨਲ ਟਰੈਕਸ ਨੇ ਇਹ ਜਦੋਂ ਤੁਸੀਂ ਮੂਵੀ ਦੇਖੋਗੇ ਤੁਹਾਨੂੰ ਲੱਗ ਵੀ ਜਾਊ ਪਤਾ ਸਰ ਸਾਨੂੰ ਰੋਮਾਂਟਿਕ ਸੌਂਗ ਸੁਣਨ ਨੂੰ ਮਿਲੇਗਾ ਹਾਂ ਰੋਮਾਂਟਿਕ ਸੌਂਗ ਆ ਦੇਖੋ ਸਾਡੇ ਹੀਰੋਇਨ ਬੈਠੇ ਨੇ ਹਸ਼ਨੀਨ ਜੀ ਇਹ ਤਾਂ ਹੀ ਇੱਥੇ ਹਾਜ਼ਰ ਨੇ ਤੇ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਦੋਂ ਇਹ ਫਿਲਮ ਦੇ ਨਾ ਅਸਲ 'ਚ 3 ਸਕਰੀਨ ਪਲੇ ਲਿਖੇ ਗਏ ਸੀ ਕਿਉਂਕਿ ਰਾਈਟਿੰਗ ਨੂੰ ਕਾਫੀ ਟਾਈਮ ਲੱਗਿਆ ਉਹਦੇ 'ਚ ਜਿਹੜਾ ਸਭ ਤੋਂ ਪਹਿਲਾਂ ਸਕਰੀਨ ਪਲੇ ਸੀ ਉਹਦੇ 'ਚ ਕੁੜੀ ਦਾ ਜਾਂ ਹੀਰੋਇਨ ਦਾ ਕੋਈ ਪਾਰਟ ਹੀ ਹੈ ਨਹੀਂ ਸੀ ਇਟ ਵਾਸ ਸਟ੍ਰਿਕਟਲੀ ਟੂ ਦਾ ਐਥਲੀਟ ਐਥਲੈਟਿਕ ਤੇ ਉਹ ਹੌਲੀ 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 ਪਰ ਸਾਡਾ ਹੀ ਕੋਸ਼ਿਸ਼ ਇਹ ਸੀ ਕਿ ਇੱਕ ਸਕਰੀਨ ਪਲੇ ਜੇ ਬਣਿਆ ਉਹਨੂੰ ਉੱਥੇ ਛੱਡ ਨਾ ਦਿੱਤਾ ਜਾਵੇ ਬਣ ਗਿਆ ਕੰਪਲੀਟ ਹੋ ਗਈ ਲਿਖ ਲਈ ਚਲੋ ਸ਼ੁਰੂ ਕਰ ਦਿਓ ਉੱਦਾਂ ਨਹੀਂ ਕੀਤਾ ਸੀ ਡਿਸਕਸ ਕੀਤਾ ਸਾਨੂੰ ਲੱਗਿਆ ਕਿ ਉਹ ਐਲੀਮੈਂਟ ਦੀ ਲੋੜ ਆ ਉੱਥੇ ਜੇ ਉਹ ਲੋੜ ਸੀ ਤਾਂ ਜਨੀਨ ਉਹਨਾਂ ਦਾ ਪਾਰਟ ਉਹਦੇ ਵਿੱਚ ਹੈਗਾ ਅਦਰਵਾਈਜ਼ ਉਹ ਐਂ ਨਹੀਂ ਹੈ ਵੀ ਉਈ ਆ ਗਏ ਤੇ ਬਿਨਾਂ ਇਫੈਕਟ ਕੀਤੇ ਆਰਟਿਸਟ ਨੂੰ ਚਲੇ ਗਏ ਉੱਦਾਂ ਨਹੀਂ ਹੈਗਾ